ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪਠਾਨਕੋਟ 'ਚ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਪੰਚਾਇਤਾਂ ਨੂੰ ਲੈ ਕੇ ਚੈੱਕ ਵੰਡੇ ਗਏ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਜਿੱਤ ਦਾ ਦਾਅਵਾ ਠੋਕਿਆ ਗਿਆ। 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਰਾਜਨੀਤਿਕ ਲੋਕਾਂ ਵੱਲੋਂ ਵੋਟਰਾਂ ਤੱਕ ਕਿਸੇ ਨਾ ਕਿਸੇ ਬਹਾਨੇ ਪਹੁੰਚ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਪਠਾਨਕੋਟ ਪਹੁੰਚੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਪੰਚਾਇਤਾਂ ਨੂੰ ਚੈੱਕ ਵੰਡੇ। ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਇਹ ਪੈਸੇ ਲੋਕਾਂ ਦੇ ਨੇ ਅਤੇ ਲੋਕਾਂ ਦੇ ਵਿਕਾਸ 'ਚ ਵਰਤੇ ਜਾ ਰਹੇ ਨੇ। ਐਕਚੁਲੀ ਡੀਸੀਜ਼ ਨੇ, ਸਰਕਾਰ ਨੇ ਵੰਡਣੇ ਪੈਸੇ, ਨਾ ਤਾਂ ਸੁਨੀਲ ਜਾਖੜ ਦੇ ਹੈ, ਨਾ ਹੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਹੈ, ਨਾ ਹੀ ਅਮਿਤ ਵਿਜ ਜੀ ਦੇ ਹੈ, ਕਿਉਂਕਿ ਅੱਜ ਅਸੀਂ ਇੱਥੇ ਪਠਾਨਕੋਟ ਦੇ ਵਿੱਚ ਜਿਹੜੇ 13 ਕਰੋੜ ਰੁਪਈਏ ਦੇ ਡਿਵੈਲਪਮੈਂਟ ਦੇ ਕੰਮ ਸ਼ਹਿਰ ਦੇ ਹੈ ਅਤੇ ਬਾਕੀ ਕਰੀਬਨ 2 ਕਰੋੜ 30 ਲੱਖ ਦੇ ਕਰੀਬ ਦੇ ਪਿੰਡਾਂ ਦੇ ਜਿਹੜੇ ਆ, 36 ਪਿੰਡਾਂ 'ਚ ਜਿਹੜੇ ਆ, ਉਹ ਪੈਸੇ ਲੋਕਾਂ ਦੇ ਪੈਸੇ ਹੈ, ਐਡਮਿਨਿਸਟ੍ਰੇਸ਼ਨ ਦੇ ਐਡਮਿਨਿਸਟ੍ਰੇਸ਼ਨ ਦੇ ਥਰੂ ਵੰਡੇ ਜਾਣਗੇ। 2019 ਦੀਆਂ ਚੋਣਾਂ 'ਚ ਭਾਵੇਂ ਹਰ ਪਾਰਟੀ ਵੱਲੋਂ ਆਪਣੀ ਆਪਣੀ ਜਿੱਤ ਦੇ ਦਾਅਵੇ ਠੋਕੇ ਜਾ ਰਹੇ ਨੇ, ਪਰ ਇਹ ਤਾਂ ਸਮਾਂ ਹੀ ਦੱਸੇਗਾ ਕਿ ਕਿਹੜੀ ਪਾਰਟੀ ਦੇਸ਼ 'ਚ ਸਰਕਾਰ ਬਣਾਉਣ 'ਚ ਕਾਮਯਾਬ ਰਹੇਗੀ।